ਕੀ ਮਾਮਲਾ ਤੁਸੀਂ ਜਾਣਕਾਰੀ ਦਿਓ। ਹਾਂਜੀ, ਮੈਂ ਅਮਰੀਕ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਤੋਂ ਤੇ ਨਾਲ ਸਹਿਯੋਗੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ। ਅਸੀਂ ਸਮੂਹ ਪਿੰਡ ਵਾਸੀ ਅੱਜ ਪਿੰਡ ਦੇ ਵਿੱਚ ਇਹ ਐਲਾਨ ਕਰਕੇ ਆਏ ਹਾਂ ਵੀ ਭਾਈ ਆਮ ਆਦਮੀ ਪਾਰਟੀ ਦਾ ਜਿਹੜਾ ਕੋਈ ਵੀ ਨੁਮਾਇੰਦਾ ਜਾਂ ਆਗੂ ਅਸੀਂ ਪਿੰਡ ਦੇ ਵਿੱਚ ਦਾਖਲ ਨਹੀਂ ਹੋਣ ਦੇਵਾਂਗੇ, ਕਿਉਂਕਿ ਪਿਛਲੀ 19 ਤਰੀਕ ਨੂੰ ਸਾਡੇ ਪਿੰਡ ਬਿਜਲੀ ਦੇ ਸ਼ਾਰਟ ਸ਼ਾਰਟਕਟ ਦੇ ਕਾਰਨ 59 ਏਕੜ ਕਣਕ ਦੀ ਫਸਲ ਤਬਾਹ ਹੋਈ ਸੀ, ਜਿਹਨੂੰ ਲੈ ਕੇ ਅਸੀਂ ਇੱਕ ਦਿਨ ਥਾਣੇ ਅੱਗੇ ਧਰਨਾ ਵੀ ਦਿੱਤਾ ਸੀਗਾ ਵੀ ਜਾਂ ਤਾਂ ਪੂਰਾ ਮੁਆਵਜ਼ਾ ਮਿਲੇ ਜਾਂ ਫਿਰ ਬਿਜਲੀ ਬੋਰਡ ਦੇ ਅਧਿਕਾਰੀਆਂ ਦੀ ਅਣਗਹਿਲੀ ਦੇ ਕਾਰਨ ਅੱਗ ਲੱਗੀ ਆ, ਉਹਨਾਂ ਦੇ 435 ਦੇ ਤਹਿਤ ਪਰਚਾ ਦਰਜ ਹੋਵੇ। ਦੋ ਵਾਰੀ ਗੁਰਮੀਤ ਖੁੱਡੀਆਂ ਸਾਹਿਬ ਨਾਲ ਸਾਡੀ ਮੀਟਿੰਗ ਵੀ ਹੋ ਚੁੱਕੀ ਆ, ਪਰ ਕੋਈ ਨਾ ਵਿਸ਼ਵਾਸ ਦਵਾਇਆ ਨਾ ਕੋਈ ਮੁਆਵਜ਼ਾ ਮਿਲਿਆ ਤੇ ਨਾ ਹੀ ਪੁਲਿਸ ਨੇ ਅਧਿਕਾਰੀਆਂ ਦੇ ਖਿਲਾਫ ਕੋਈ ਪਰਚਾ ਵਗੈਰਾ ਕੱਟਿਆ, ਤਾਂ ਕਰਕੇ ਅਸੀਂ ਰੋਸ ਵਜੋਂ ਅੱਜ ਪਿੰਡਾਂ ਦੇ ਵਿੱਚ ਫਲੈਕਸਾਂ ਲਾ ਰਹੇ ਹਾਂ ਪਿੰਡ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਜਾਂ ਉਮੀਦਵਾਰ ਸਾਡੇ ਪਿੰਡ 'ਚ ਨਾ ਵੜਨ ਦੇਵੇ। ਜੇ ਉਹ ਪਿੰਡ 'ਚ ਵੜਨ ਦੀ ਕੋਸ਼ਿਸ਼ ਕਰਨਗੇ ਤਾਂ ਫਿਰ ਜੋ ਆਪਦੀ ਉਹਨਾਂ ਨਾਲ ਹੋਣੀ ਆ ਉਹ ਆਪਦੇ ਆਪ ਜ਼ਿੰਮੇਵਾਰ ਹੋਣਗੇ।